ਪਟਿਆਲਾ ਟੀ ਮਾਰਟ ਸਸਤਾ ਵੇਚਣ ਦਾ ਦਾਅਵਾ ਕੀਤਾ ਜਾ ਰਿਹਾ, ਜਦਕਿ ਇਹ ਸਭ ਝੂਠ ਹੈ। ਇੱਥੇ ਟੈਗ ਲਾਈਨ 'ਤੇ ਜੇ ਰੇਟ 249 ਹੈ, ਜਦ ਤੁਸੀਂ ਇਹਦੀ ਬਿਲਿੰਗ ਕਰਦੇ ਹੋ ਤਾਂ ਇਹਦੀ ਬਿਲਿੰਗ 319 ਰੁਪਏ ਦੀ ਹੁੰਦੀ ਹੈ। ਜਿੱਥੇ ਪੁੱਛੋ ਤਾਂ ਕਹਿੰਦੇ ਜੀ ਡਿਪਾਰਟਮੈਂਟ ਦੀ ਗੜਬੜੀ ਹੈ, ਜਦਕਿ ਕਸਟਮਰ ਡਿਪਾਰਟਮੈਂਟ 'ਚ ਨਹੀਂ ਡੀ ਮਾਰਟ 'ਚ ਜਾ ਰਿਹਾ। ਇਸ ਕਰਕੇ ਜੇ ਤੁਸੀਂ ਡੀ ਮਾਰਟ 'ਚ ਖਰੀਦਦਾਰੀ ਕਰਨ ਜਾ ਰਹੇ ਹੋ ਤਾਂ ਬਹੁਤ ਸੋਚ ਸਮਝ ਕੇ ਖਰੀਦਦਾਰੀ ਕਰੋ ਅਤੇ ਆਪਣਾ ਬਿੱਲ ਜ਼ਰੂਰ ਚੈੱਕ ਕਰੋ, ਕਿਉਂਕਿ ਕੁਛ ਵੀ ਸਸਤਾ ਨਹੀਂ ਹੈ, ਸਿਰਫ ਤੁਹਾਨੂੰ ਠੱਗਿਆ ਜਾ ਰਿਹਾ ਹੈ ਡੀ ਮਾਰਟ ਵਿੱਚ, ਹੋਰ ਕੁਛ ਨਹੀਂ ਹੈ। ਅਸੀਂ ਅੱਜ ਡੀ ਮਾਰਟ ਪਟਿਆਲਾ ਸ਼ੋਪਿੰਗ ਕਰਨ ਆਏ ਸੀਗੇ, ਇੱਥੇ ਅੱਜ ਬੜੀ ਕੰਪਲੇਨਾਂ ਆ ਰਹੀਆਂ। ਜਿੱਥੇ ਤੁਸੀਂ ਡਿਸਪਲੇ ਕੀਤਾ ਪ੍ਰੋਡਕਟ ਉੱਥੇ ਰੇਟ ਕੁਛ ਹੋਰ ਹੈ, ਜਦ ਬਿਲਿੰਗ ਹੋ ਰਹੀ ਹੈ ਤਾਂ ਉੱਥੇ ਰੇਟ ਬਿਲਕੁਲ ਡਿਫਰੈਂਟ ਹੈ। ਮਤਲਬ ਡੀ ਮਾਰਟ ਕਹਿ ਰਿਹਾ ਅਸੀਂ ਪਬਲਿਕ ਨੂੰ ਸਸਤਾ ਦੇ ਰਹੇ, ਬਟ ਸਸਤਾ ਕੁਛ ਨਹੀਂ ਹੈ, ਇਹ ਇੱਕ ਤਰ੍ਹਾਂ ਠੱਗੀ ਦਾ ਕੰਮ ਹੈ। ਹੁਣੇ ਆਪਾਂ ਇੱਥੇ ਇੱਕ ਹੋਰ ਕਸਟਮਰ ਨਾਲ ਮਿਲੇ, ਉਹਨਾਂ ਨੇ ਚੋਕਲੇਟਸ ਖਰੀਦੀਆਂ ਸੀਗੀਆਂ, ਉੱਤੇ ਵੀ ਇੱਦਾਂ ਸੀਗਾ। ਅਸੀਂ ਇੱਥੇ ਵਾਲਨਟਸ ਖਰੀਦੇ, ਉੱਥੇ ਸੀਗਾ 249, ਜਦਕਿ ਚਾਰਜ ਉਹਦਾ 2319 ਕਰ ਰਹੇ ਸੀਗੇ। ਪ੍ਰੋਮੋਸ਼ਨ ਦਿੱਤਾ ਸੀ ਜੀ, ਹਾਂਜੀ 449 ਰੁਪਏ ਐਮ ਆਰ ਪੀ ਹੈ ਜੀ। ਓਕੇ, ਅਤੇ ਟੈਗ ਲਾਈਨ 411 ਰੁਪਏ, 449 ਹੀ ਲਏ। 449 ਹੀ ਲਏ, ਮਤਲਬ ਡੀ ਮਾਰਟ ਤੁਸੀਂ ਸ਼ੋਪਿੰਗ ਕਰਨਾ ਹੈ ਤਾਂ ਤੁਹਾਨੂੰ ਇੱਦਾਂ ਲੁੱਟ ਰਹੇ ਇੱਥੇ।